ਪੰਜਾਬੀ ਇਕਤਜਨ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੀਐਮ ਭਗਵੰਤ ਮਾਨ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ। ਇਹ ਹੈਲਪਲਾਈਨ 23 ਮਾਰਚ ਨੂੰ ਸ਼ੁਰੂ ਹੋਣ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਹੈਲਪਲਾਈਨ ਰਾਹੀਂ ਲੋਕ ਵਟਸਐਪ ਤੇ ਭ੍ਰਿਸ਼ਟਾਚਾਰ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਭੇਜ ਸਕਦੇ ਹਨ। ਭਗਵੰਤ ਮਾਨ ਨੇ ਹਾਲਾਂਕਿ ਬਾਅਦ ਵਿੱਚ ਬਾਕੀ ਕੈਬਨਿਟ ਮੰਤਰੀਆਂ ਨੂੰ ਸੌਂਹ ਨਹੀਂ ਚੁਕਾਈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਦ ਹੀ ਕੈਬਨਿਟ ਦਾ ਗਠਨ ਕੀਤਾ ਜਾਵੇਗਾ। ਇਸ ਸੰਬੰਧੀ ਭਗਵੰਤ ਮਾਨ ਵੱਲੋਂ 19 ਮਾਰਚ ਨੂੰ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਸੱਦੀ ਜਾ ਸਕਦੀ ਹੈ। ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਪੈਨਸ਼ਨ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਮਾਣਯੋਗ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਸਾਬਕਾ ਵਿਧਾਇਕ ਵਜੋਂ ਜੋ ਵੀ ਪੈਨਸ਼ਨ ਮੇਰੇ ਕੋਲ ਆਉਂਦੀ ਹੈ ਕਿਰਪਾ ਕਰਕੇ ਉਸ ਦੀ ਵਰਤੋਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੀਤੀ ਜਾਵੇ। ਇਸ ਨੂੰ ਕਿਸੇ ਵੀ ਹਾਲਾਤ ਵਿੱਚ ਮੈਨੂੰ ਨਾ ਭੇਜਿਆ ਜਾਵੇ। ਪੰਜਾਬੀ ਏਕਤ ਜਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਤੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਅਤੇ ਉਹਨਾਂ ਨੂੰ ਸੀਐਮ ਬਣਨ ਦੀ ਵਧਾਈ ਦਿੱਤੀ। ਇਸ ਦੌਰਾਨ ਰਾਜਾ ਵੜਿੰਗ ਨੇ ਉਹਨਾਂ ਦੀ ਪਤਨੀ ਸੀਐਮ ਭਗਵੰਤ ਮਾਨ ਨੂੰ ਗੁਲਦਸਤਾ ਭੇਟ ਕੀਤਾ ਸੀ। ਸੀਐਮ ਮਾਨ ਤੇ ਰਾਜਾ ਵੜਿੰਗ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆਏ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ ਤੇ ਸੀਐਮ ਬਣਦਿਆਂ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਤੇ ਉੱਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਸਭ ਤੋਂ ਖੁਸ਼ ਨਸੀਬ ਵਿਅਕਤੀ ਉਹ ਹੈ ਜਿਸ ਤੋਂ ਕੋਈ ਵੀ ਉਮੀਦ ਨਹੀਂ ਕਰਦਾ। ਭਗਵੰਤ ਮਾਨ ਨੇ ਪੰਜਾਬ ਵਿੱਚ ਉਮੀਦਾਂ ਦੇ ਪਹਾੜ ਨਾਲ ਪੰਜਾਬ 'ਚ ਨਵਾਂ ਮਾਫੀਆ ਵਿਰੋਧੀ ਯੁੱਗ ਦੀ ਸ਼ੁਰੂਆਤ ਕੀਤੀ। ਉਮੀਦ ਹੈ ਕਿ ਉਹ ਲੋਕ ਪੱਖੀ ਨੀਤੀਆਂ ਨਾਲ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਤੇ ਲੈ ਆਉਣਗੇ। ਸਿੱਧੂ ਨੇ ਇਸ ਦੇ ਨਾਲ ਹੀ ਲਿਖਿਆ ਕਿ ਹਮੇਸ਼ਾ ਵਧੀਆ ਕਰਦੇ ਰਹੋ। ਬੱਚੇ ਆਏ ਆ ਅੱਜ ਘਰ, ਇਹਨਾਂ ਦਾ ਵੈਲਕਮ ਹੋ ਰਿਹਾ ਹੈ। ਸਾਡੀ ਬੇਟੀ ਔਰ ਸਾਡਾ ਪੁੱਤਰ, ਕੱਟੋ ਪੁੱਤਰ ਕੇਕ, ਚਲ ਦੋਨੋਂ ਵੈਲਕਮ। ਲਓ ਵੀ ਅੱਜ ਬੱਚੇ ਘਰ ਦੇ ਵਿੱਚ ਆਏ ਆ, ਦੋਨੋਂ ਸੀਰਤ ਤੇ ਦਿਲਸ਼ਾਨ। ਆ ਬਾਈ ਸਾਡਾ ਰਣਵੀਰ ਲੈ ਕੇ ਆਇਆ ਭਰਾ ਸਾਡਾ, ਔਰ ਥੈਂਕ ਯੂ ਪੁੱਤਰ ਔਰ ਵੈਲਕਮ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਬਾਅਦ ਦੁਪਹਿਰ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਮਹੂਰੀਅਤ ਵਿੱਚ ਇਹ ਲੋਕ ਅਸਲ ਸ਼ਾਸਕ ਹੁੰਦੇ ਹਨ ਅਤੇ ਸਿਆਸਤਦਾਨਾਂ ਨੂੰ ਸੱਤਾ ਵਿੱਚ ਰਹਿਣ ਜਾਂ ਬਾਹਰ ਦਾ ਰਸਤਾ ਦਿਖਾਉਣ ਦੀ ਤਾਕਤ ਵੀ ਇਨ੍ਹਾਂ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਲੋਕਾਂ ਦੇ ਸੇਵਕ ਵਜੋਂ ਆਪਣਾ ਫਰਜ਼ ਨਿਭਾਓ। ਮੁੱਖ ਮੰਤਰੀ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਹੁਕਮ ਅਧਿਕਾਰੀ ਨੂੰ ਤਿਮਾਹੀ ਆਧਾਰ ਤੇ ਬੈਸਟ ਪਰਫਾਰਮੈਂਸ ਅਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ, ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਟਸਐਪ ਨੰਬਰ ਦੀ ਸ਼ੁਰੂਆਤ ਕਰਨ ਦਾ ਐਲਾਨ, ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਨਾਲ ਸੰਬੰਧਿਤ ਸ਼ਿਕਾਇਤ ਭੇਜ ਸਕਣਗੇ ਲੋਕ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਫਤਵੇ ਦਾ ਸਤਿਕਾਰ ਕਰਦੇ ਹੋਏ ਸੂਬੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੂੰ ਜਨਤਾ ਦੇ ਸੇਵਕ ਵਜੋਂ ਆਪਣਾ ਫਰਜ਼ ਸਹੀ ਭਾਵਨਾ ਨਾਲ ਨਿਭਾਉਣ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਐਂਟੀ ਕਰਪਸ਼ਨ ਨੰਬਰ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਸਿੱਧੀ ਮੇਰੇ ਕੋਲ ਸ਼ਿਕਾਇਤ ਆਵੇਗੀ, 23 ਮਾਰਚ ਨੂੰ ਇਹ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਅਸੀਂ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਾਂਗੇ, ਉਹ ਮੇਰਾ ਨਿੱਜੀ ਵਟਸਐਪ ਨੰਬਰ ਹੋਵੇਗਾ। ਜੇ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਮੰਗੇ ਉਸਦੀ ਵੀਡੀਓ ਆਡੀਓ ਰਿਕਾਰਡਿੰਗ ਕਰਕੇ ਮੈਨੂੰ ਭੇਜ ਦੇਣਾ। ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਪੰਜਾਬ ਵਿੱਚ ਹੁਣ ਭ੍ਰਿਸ਼ਟਾਚਾਰ ਨਹੀਂ ਚੱਲੇਗਾ। ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਜੀ, ਬਹੁਤ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਉਹਨਾਂ ਦੀ ਅਪਾਰ ਬਖਸ਼ਿਸ਼ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨ ਆਏ ਹਾਂ। ਬਸ ਉਹਨਾਂ ਬਸ ਇਹੀ ਕਿ ਗੁਰੂ ਸਾਹਿਬ ਬਲ ਬਖਸ਼ਣ ਕਿ ਜਿਹੜੀ ਸੇਵਾ ਉਹਨਾਂ ਨੇ ਲਾਈ ਹੈ ਉਹ ਤਾਂ ਪੂਰੀ ਮਿਹਨਤ ਨਾਲ ਪੂਰੀ ਕਰ ਸਕੀਏ। ਮਜੀਠੇ ਵਾਸੀਆਂ ਦਾ ਵੀ ਚੰਗੀ ਤਰ੍ਹਾਂ ਸੇਵਾ ਕਰ ਸਕੀਏ, ਜਿਵੇਂ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ, ਡਟ ਕੇ ਸਾਡੇ ਨਾਲ ਖੜ੍ਹੇ ਹੈ, ਉਸ ਤਰ੍ਹਾਂ ਉਹਨਾਂ ਦੀ ਡਟ ਕੇ ਸੇਵਾ ਕਰ ਸਕੀਏ। ਮੈਂ ਕੀ ਕਹਿ ਸਕਦੀ ਹਾਂ ਜੀ, ਜਦ ਜਾ ਕੇ ਆਉਂਗੀ ਫਿਰ ਦੱਸਾਂਗੀ ਤੁਹਾਨੂੰ। ਮਜੀਠੀਆ ਸਾਹਿਬ ਦੀ ਕਮੀ ਪੂਰੀ ਕੀਤੀ ਜਾਏਗੀ, ਵਿਧਾਨ ਸਭਾ ਦੇ ਅੰਦਰ ਜਾ ਕੇ ਆਵਾਜ਼ ਚੁੱਕੀ ਜਾਏਗੀ ਪੰਜਾਬ ਦੇ ਹੱਕ ਦੀ, ਮਜੀਠੀਆ ਦੇ ਹੱਕ ਦੀ। ਜ਼ਰੂਰ ਜੀ, ਜ਼ਰੂਰ ਜਲਦ ਮਜੀਠਾ ਸਾਹਿਬ ਆਪ ਆਉਣਗੇ ਮੇਰੇ ਨਾਲ ਮਿਲ ਕੇ, ਅਸੀਂ ਦੋਨੋਂ ਮਜੀਠਾ ਵਾਸੀਆਂ ਦੀ ਸੇਵਾ ਕਰਾਂਗੇ, ਜਿਹੜੇ
झूठे केसा च उन्होंने फसाया गया है। गुरु साहब मेहर करेंगे, जल्द तो जल्द वो बाहर आएंगे तो असी मिलकर सेवा करा। बिल्कुल बहुत चंगी गल है जी, मैं वधाई दिनी आम आदमी पार्टी नू जित हासिल करन ते सरकार बनाउंदे ते गुड विशेस। मैं सिर्फ एको उम्मीद करती हूं कि जो लोगों की उम्मीदें उन्हें तो वो उम्मीद लोगों की उम्मीदों पे खरे उतरेंगे। बादल 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 मैं बादल फैमिली के नाल तुसी लगातार टक्कर लई है उस सारे मुक्त जिले आज बादल मुक्त पंजाब हो गया। इस गल दे लई मैं पूरे पंजाब नू लख लख बार बधाई देनी है। देखो जी नवी सरकार बनी है ते लेट्स सी ए सरकार की कर दी है। देखो आज पहला दिन सी सौ चुकी है सरकार दी वेट करिए की कर दे। बिल्कुल बहुत चंगी गल है जी, मैं वधाई दिनी है आम आदमी पार्टी नू जित हासिल करन ते सरकार बनाउंदे ते गुड विशेस। मैं सिर्फ एको उम्मीद करती हूं कि जो लोगों की उम्मीदें उन्हें तो वो उम्मीद लोगों की उम्मीदों पे खरे उतरेंगे। बादल 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 मैं बादल फैमिली के नाल तुसी लगातार टक्कर लई है उस सारे मुक्त जिले आज बादल मुक्त पंजाब हो गया। इस गल दे लई मैं पूरे पंजाब नू लख लख बार बधाई देनी है। जी नाल जित के आए हो मुख्यमंत्री पंजाब नू हरा के आए हो। हां बिल्कुल जी, यह मेरे भदौड़ दे लोकां दा प्यार है जी। उन्हां दी हिम्मत सदका अज विधानसभा पहुंचण जा रहे हैं ते हमेशा इत्थों मेरे लोगों की आवाज़ है जी बुलंद रहू। उन्होंने काम आ जोड़े वो पहल के आधार से करेंगे। लोगों ने एक सीएम का चेहरा छड़ के एक आम आदमी ने चुने तो उम्मीद है। देखो जिम्मेवारी बहुत वड्डी है जी, जिनी लीड दी है लोगों ने उन्नी वड्डी जिम्मेवारी आ, पर वादा भी है लोगों के नाल कि जिहड़ी जिम्मेवारी तुसीं दे के भेजिया उन्हूं एन बिन जिहड़े तुहाडे नाल वादे करे गए आ वह सारे के सारे पूरे करांगे ते बल्कि उदू वधिया करांगे। देखो जी ये मेरे लोगों ने हराया जी, ये हिम्मत मेरे लोगों की है, मेरी तो हैसियत नहीं कि मैं किसी को हरा सका। बिल्कुल जी, मेरी माता लंबे समय तो 1996 च उसे स्कूल च जिहड़ा झाड़ू मारन का काम करती है, मैं खुद 15 साल मेरी माँ के नाल उत्थे झाड़ू मरवाउंदा रहा ते भदौड़ दे लोकां ने अज हिम्मत दित्ती है कि पंजाब तो गंद साफ करन लई विधानसभा जाके पंजाब दे विच भी झाड़ू मारी। बिल्कुल जी, वह जाते हैं जी हर रोज़ उत्थे क्योंकि वह साडी किरत है। देखो जी पिंडां दे विच जिहड़ा ओवरफ्लो हो रहा छप्पड़ बीमारियां दा कारण बन रहे आ, नालियां दी कोई उत्थे मैनेजमेंट नहीं क्योंकि जे एक बारी गली नाली बनाई है तां घट्टो घट्टो 40 साल चलनी चाहीदी है तां कि दुबारे पैसा उहदे लगे। देखो जी अज विधानसभा पहुंचे मेरे लोगों ने नुमाइंदगी करन दे लई भेजिया ते हर एक जिहड़ा लोअर मिडल क्लास का जिहड़ा नौजवान हुंदा उहदी इह सोच हुंदी आ कि कोई चंगा मतलब कोई काम हो जिद चार पैसे आ, पर अज मेरे लोगों ने मैनू लोगों के लिए रुजगार देने का जोड़ा भेजा इतने कि असी अपने लोगों नौजवानों के लिए जा सारे पूरे पंजाब के लिए काम कर सके। नहीं कदे कदे भी नहीं सोचा सी क्योंकि जोड़े घर जोड़ा मेरा बैकग्राउंड है जी तो उत्थे कई बार ये इन्ना समा औखा होंगे कि मतलब शाम को दाल बनूगी रोटी ना खाने को जाके अरे मेरे लोगों करके आज ये हिम्मत उन्होंने जिन्ना करके अच्छे पहुंचे जी। बिल्कुल जी, मैं तो हूँ आम आदमी और ऐसे ही रहूँ। मेरे माँ बाप ने सिखाया है कि जमीन पर चलने वाले कभी गिरते नहीं। पूरा करेंगे जी, सभी सभी उम्मीदों को पूरा करेंगे जी। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਸਿੰਘ ਰੇਮਾਨ MLA ਵਿਧਾਨ ਸਭਾ ਨਾਭਾ। ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਕਿ ਅੱਜ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਜਾ ਰਹੇ ਹਾਂ, ਅੱਜ ਸਹੁੰ ਚੱਕਣੀ ਹੈ ਔਰ ਪੰਜਾਬ ਦੇ ਉਹ ਡਿਵੈਲਪਮੈਂਟ ਦੇ ਕੰਮ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਉਹਦੀ ਸ਼ੁਰੂਆਤ ਕੱਲ੍ਹ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਵੱਲੋਂ ਸਹੁੰ ਚੱਕ ਕੇ ਕਰ ਦਿੱਤੀ ਗਈ ਹੈ ਅਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਮਿਲ ਕੇ ਅਰਦਾਸ ਕਰੀਏ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਪੰਜਾਬ ਬਣਾਈਏ। ਬਹੁਤ ਪਿੱਛੇ ਆਪਾਂ ਔਰ
ਬਹੁਤ ਕੁਛ ਕਰਨਾ ਜ਼ਰੂਰੀ ਹੈ ਕਿ ਪੰਜਾਬ ਦੇ ਉਹ ਮਿਲ ਕੇ ਅਰਦਾਸ ਕਰੋ ਆਪਾਂ ਇਕੱਠੇ ਹੋ ਕੇ ਸਾਰੇ ਖੇਡੀਏ।